ਅਸੀਂ ਸਮਰਸੀਬਲ ਲਵਾਇਆ, ਸਾਨੂੰ ਕੋਈ ਆ ਕੇ ਕਹੇ ਵੀ ਖਵਾਜਿਆਂ ਦਾ ਮੱਥਾ ਟੇਕੋ, ਅਸੀਂ ਤਾਂ ਸਿੱਧਾ ਜਾਣੇ ਦੀਆਂ ਦੇਗ ਬਣਾ ਕੇ ਅਰਦਾਸ ਕਰਾਂਗੇ ਵੀ ਸੱਚੇ ਪਾਤਸ਼ਾਹ ਜੀ, ਕਿਉਂ ਸਾਨੂੰ ਇਹ ਪਾਣੀ ਹੈ ਜਿਹੜਾ ਪਵਨ ਦਾ ਮਤਲਬ ਹਵਾ ਨੂੰ ਗੁਰੂ ਦੱਸਿਆ ਵਾ, ਪਾਣੀ ਨੂੰ ਪਿਓ ਦੱਸਿਆ ਵਾ, ਕਿਉਂਕਿ ਬਾਣੀ 'ਚ ਵਾਰ ਵਾਰ ਸ਼ਬਦ ਆਉਂਦਾ ਪਹਿਲਾਂ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਈ, ਜੇ ਪਾਣੀ ਨਾ ਹੋਵੇ ਤਾਂ ਦੇਖੋ ਮੁਸਲਮਾਨ ਧਰਮ ਬਾਰੇ ਜਿੱਦਾਂ ਆਪਾਂ ਖਵਾਜੇ ਦੀ ਗੱਲ ਕਰਦੇ ਹਾਂ, ਯਾਨੀ ਸ਼ੇਖ ਫਰੀਦ ਜੀ ਨੇ ਕੋਈ ਵੀ ਜਾਣੇ ਦੀ ਇੱਕ ਉਹਨਾਂ ਦੇ ਹੈਗੇ 130 ਸਲੋਕ ਨੇ ਜੀ, ਬਾਣੀ ਵੀ ਆ ਅਤੇ ਸਲੋਕ ਵੀ ਆ, ਜਿਹੜੇ 130 ਸਲੋਕ ਆ ਕਦੇ ਵੀ ਖਵਾਜੇ ਦਾ ਜ਼ਿਕਰ ਨਹੀਂ ਕੀਤਾ, ਹਾਲੇ ਕਿ ਉਹ ਜਾਣੇ ਦੀ ਕਹਿੰਦਾ ਮਤਲਬ ਕੱਟਣ ਮੁਸਲਮਾਨ ਨੇ ਸਮਾਜ ਦੇ ਵਿੱਚ ਜਿਹੜਾ ਨਾ ਜੀ, ਜੇ ਮਨਮੁੱਖ ਬੰਦਾ ਵਾ ਇਹ ਰੀਤੀ ਰਿਵਾਜ਼ ਦੇ ਬਹੁਤ ਵਹਿਮ ਕਰਦਾ ਵਾ, ਜਿੱਦਾਂ ਹੁਣ ਆ ਮੇਲ ਚੇਤ ਦੇ ਮੇਲੇ ਨਾ ਕਿਸੇ ਮਿੱਟੀ ਕੱਢਣੀ ਅਤੇ ਦਸਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਗੋੜ ਮੜੀ ਮੱਟ ਭੂਲਣਾ ਮਾਨ, ਜਿੱਦਾਂ ਆਪਾਂ ਫਿਰ ਕਿਸੇ ਦਿਨ ਬੋਲਾਂਗੇ ਗੁਰੂ ਨਾਨਕ ਮਹਾਰਾਜ ਜੇ ਲਹਿਣੇ ਨੂੰ ਗੱਦੀ ਦੇਣੀ ਸੀ ਤਾਂ ਭਾਈ ਲਹਿਣਾ ਜੀ ਨੂੰ ਸ਼ਮਸ਼ਾਨ ਘਰ ਦੇ ਵਿੱਚ ਲੈ ਗਏ, ਸ਼ਮਸ਼ਾਨ ਘਰ ਦੇ ਵਿੱਚ ਲਿਜਾ ਕੇ ਕਹਿੰਦੇ ਖਵਾਜੇ ਦਾ ਜਾਣੀ ਵੀ ਜੇ ਕੋਈ ਨਾਮ ਲੈਂਦਾ ਉਹ ਲਈ ਜਾਵੇ ਜੀ, ਪਰ ਜਿਹੜੇ ਸਿੱਖੀ ਧਰਮ ਆ ਜਿਹੜੀ ਬਾਣੀ ਹੈ ਜੇ ਆਪਾਂ ਜਾਣੀ ਦੀ ਨਿਰੋਲ ਗੁਰੂ ਦੇ ਨਾਲ ਜੁੜਨਾ ਤਾਂ ਜਾਣੀ ਦੀ ਇਹ ਖਵਾਜਾ ਕੋਈ ਜ਼ਰੂਰੀ ਨਹੀਂ ਉਹਦਾ ਨਾਮ ਲੈਣਾ, ਪਾਣੀ ਨੂੰ ਜਾਣੀ ਦੀ ਇਹਨਾਂ ਨੇ ਖਵਾਜਾ ਪੀਰ ਮਾ, ਕੋਈ ਉਹਦਾ ਖਵਾਜਾ ਪੀਰ ਨਹੀਂ ਹੋਇਆ ਹੈਗਾ ਵੀ ਉਹਦਾ ਇਤਿਹਾਸ ਦੇ ਜਿੱਦਾਂ ਹੁਣ ਆਪਾਂ ਕਹਿੰਦੇ ਹਾਂ ਵੀ 1646 ਦਸਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਅਤੇ 1708 'ਚ ਚੱਲ ਗਏ ਜਾਣੀ, ਉੱਥੇ ਇਹ ਨਹੀਂ ਹੈਗਾ, ਇਹ ਵਹਿਮ ਨਹੀਂ ਜਾਣੀ ਲੋਕਾਂ ਨੂੰ ਰੱਖਣਾ ਚਾਹੀਦਾ, ਕਿਉਂਕਿ ਭਰਮ ਭੇਖ ਅਤੇ ਰਹੇ ਨਿਆਰਾ ਇਹ ਚੀਜ਼ਾਂ ਤੋਂ ਬੰਦੇ ਨੇ ਉੱਪਰ ਉੱਠਣਾ। ਮੈਨੂੰ ਐਂ ਦੱਸਿਆ ਵੀ ਸਿਗਰਟਾਂ ਪੀਣ ਵਾਲਾ ਬੰਦਾ ਕਿਸੇ ਦੇ ਬੱਚੇ ਨੂੰ ਨਸ਼ੇ ਤੋਂ ਹਟਾ ਦੂਗਾ ਜੀ, ਵੀ ਠੀਕ ਆ ਅਸੀਂ ਜਾਣੀ ਦੀ ਇਹ ਮੁਸਲਮਾਨ ਧਰਮ ਦੇ ਜਾਣੀ ਖਿਲਾਫ਼ ਨਹੀਂ, ਜਾਣੀ ਦੀ ਠੀਕ ਆ ਵੀ ਦੇਖੋ ਦੇਖੀ ਇਹ, ਅਤੇ ਜੇ ਕਿਤੇ ਮੁਸਲਮਾਨ ਦਾ ਜਾਣੀ ਦੀ ਦੇਖੋ ਸਤਿਕਾਰ ਆ ਪਿਆਰ ਆ ਉਹ ਮਹਾਰਾਜ ਦੀ ਬਾਣੀ ਦੇ ਵਿੱਚ ਸ਼ੇਖ ਫਰੀਦ ਜੀ ਕੀ ਕਹਿੰਦੇ ਆ, ਕਹਿੰਦੇ ਮੀਆਂ ਮੀਰ ਜੀ 1588 ਜੀ ਨਹੀਂ ਰੱਖੀ ਆ, ਉਹਨਾਂ ਨੇ ਐਂ ਤਾਂ ਨਹੀਂ ਵੀ ਖਵਾਜੇ ਨੂੰ ਮੱਥਾ ਟੇਕਿਆ ਜੀ, ਕਿਉਂ ਜਿਹੜੇ ਮੰਜ਼ਲ ਦੇ ਰਾਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਆ ਉਸ ਹੀ ਮੰਜ਼ਲ ਦੇ ਰਾਹੀ ਉਹ ਹਜ਼ਰਤ ਸਾਂਝ ਮੀਆਂ ਮੀਰ ਜੀ ਨੇ। ਅੰਮ੍ਰਿਤਸਰ ਦੇ ਵਿੱਚ ਜਿਹੜਾ ਹੈਗਾ ਸਰੋਵਰ ਆ ਪਾਣੀ ਦਾ ਉੱਥੇ ਵੀ ਆ, ਠੀਕ ਹੈ ਜੀ, ਉਹਨੂੰ ਖਵਾਜੇ ਦਾ ਨਾਮ ਤਾਂ ਨਹੀਂ ਦਿੱਤਾ ਜਾਂਦਾ, ਉਹਨੂੰ ਸਰੋਵਰ ਦਾ ਦਰਜਾ ਦਿੱਤਾ, ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸੋਚ ਸੀ ਵੀ। ਹਾਂਜੀ ਬਾਬਾ ਜੀ ਕੀ ਹਾਲ ਨੇ ਜੀ? ਬਹੁਤ ਵਧੀਆ ਜੀ, ਬਹੁਤ ਵਧੀਆ। ਪਹਿਲਾਂ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਟਾਈਮ ਦਿੱਤਾ ਇੰਨੀ ਗਰਮੀ ਦੇ ਵਿੱਚ ਵੀ ਸਮਾਂ ਕੱਢਿਆ, ਅਤੇ ਅੱਜ ਬਾਬਾ ਜੀ ਆਪਣਾ ਇੱਕ ਟੋਪਿਕ ਆ ਖਵਾਜਾ ਪੀਰ ਬਾਰੇ, ਠੀਕ ਹੈ ਜੀ, ਅਤੇ ਆਪਾਂ ਅਕਸਰ ਦੇਖਿਆ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ, ਹਾਂਜੀ ਹਾਂਜੀ, ਜਦੋਂ ਵੀ ਕੋਈ ਟਿਊਬਵੈੱਲ ਲੱਗਦਾ ਜਾਂ ਕੋਈ ਖੂਹ ਹੋ ਗਿਆ ਜਾਂ ਮੋਟਰ ਲੱਗਦੀ ਆ ਜਾਂ ਮੰਨ ਲਓ ਕੋਈ ਨਲਕਾ ਵੀ ਲਾਉਂਦਾ, ਹਾਂਜੀ, ਖਵਾਜੇ ਪੀਰ ਨੂੰ ਧਿਆਇਆ ਜਾਂਦਾ, ਮੱਥਾ ਟੇਕਿਆ ਜਾਂਦਾ, ਹਾਂਜੀ ਹਾਂ, ਇਹਦੇ ਬਾਰੇ ਮਿੱਠਾ ਪ੍ਰਸ਼ਾਦ ਬਣਿਆ ਜਾਂਦਾ, ਹਾਂਜੀ ਮਿੱਠਾ ਪ੍ਰਸ਼ਾਦ ਬਣਿਆ ਜਾਂਦਾ, ਇਹਦਾ ਸਾਨੂੰ ਇਤਿਹਾਸ ਆ ਜਿਹੜਾ ਜਾਂ ਜੋ ਵੀ ਜਾਣਕਾਰੀ ਹੈ ਸਾਡੇ ਨਾਲ ਸਾਂਝੀ ਕਰੋ ਵੀ ਅਸਲ ਵਿੱਚ ਮਤਲਬ ਕੀ ਜਿਹੜੀ ਮਰਿਆਦਾ ਹੁੰਦੀ ਹੈ ਇਹ ਵੀ ਜੀ, ਜਿੱਦਾਂ ਨਾ ਜਾਣੀ ਦੀ ਭੇਟ ਚਾਲ ਹੁੰਦੀ ਹੈ ਜੀ, ਇਹ ਜਿੱਦਾਂ ਚਾਰ ਧਰਮ ਨੇ ਇਸਲਾਮ ਧਰਮ ਉਹ ਜਿਹੜਾ ਖਵਾ ਜਾਣੀ ਦੀ ਪਾਣੀ ਨੂੰ ਖਵਾਜਾ ਦਾ ਦਰਜਾ ਦਿੱਤਾ ਵਾ, ਜਿੱਦਾਂ ਹੁਣ ਆਪਾਂ ਗੁਰੂ ਘਰ ਜਾਂਦੇ ਹਾਂ ਅੰਮ੍ਰਿਤਸਰ ਜਾਂਦੇ ਹਾਂ, ਠੀਕ ਹੈ ਜੀ, ਅੰਮ੍ਰਿਤਸਰ ਦੇ ਵਿੱਚ ਜਿਹੜਾ ਹੈਗਾ ਸਰੋਵਰ ਆ ਹਾਂਜੀ ਪਾਣੀ ਦਾ ਉੱਥੇ ਵੀ ਹੈ, ਠੀਕ ਹੈ ਜੀ, ਉਹਨੂੰ ਖਵਾਜੇ ਦਾ ਨਾਮ ਤਾਂ ਨਹੀਂ ਦਿੱਤਾ ਜਾਂਦਾ, ਉਹਨੂੰ ਸਰੋਵਰ ਦਾ ਦਰਜਾ ਦਿੱਤਾ, ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸੋਚ ਸੀ ਵੀ ਇੱਕ ਪੰਗਤ 'ਚ ਬਹਿ ਕੇ ਪ੍ਰਸ਼ਾਦਾ ਸਕਦਾ, ਹਾਂਜੀ,
ਠੀਕ ਹੈ ਜੀ, ਇੱਕ ਥਾਂ 'ਤੇ ਇਕੱਠੇ ਇਸ਼ਨਾਨ ਕਰਨਾ, ਇੱਕ ਥਾਂ 'ਤੇ ਬਹਿ ਕੇ ਬਾਣੀ ਪੜ੍ਹਨੀ, ਕਿਉਂਕਿ ਉਹ ਬ੍ਰਾਹਮਣ ਜਿਹੜਾ ਸੀਗਾ ਉਹ ਕਹਿੰਦਾ ਅਸੀਂ ਵੰਡੀਆਂ ਪਾਈਆਂ ਸੀ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ 'ਚ ਉਹ ਵਰਨਾ ਕੋ ਸਾਂਝਾ, ਉਹਨੇ ਵੰਡੀਆਂ ਪਾਈਆਂ ਸੀ, ਮਹਾਰਾਜ ਨੇ ਜਾਣਦੇ ਇੱਕ ਰੂਪ ਕਰਤਾ ਸਾਰਿਆਂ ਨੂੰ, ਇਸ ਕਰਕੇ ਜਾਣਦੇ ਕਹਿੰਦਾ ਭਾਵ ਬਈ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆ, ਇੱਕ ਵੀ ਸ਼ਬਦ ਖਵਾਜੇ ਪੀਰ ਦਾ ਨਹੀਂ ਹੈਗਾ। ਉਹ ਆਪਾਂ ਪਿਆਰ ਨਾਲ ਦੇਖੋ ਦੇਖੀ ਵੀ ਜਿੱਦਾਂ ਮੁਸਲਮਾਨ ਜਿੱਦਾਂ ਹੁਣ ਤੁਸੀਂ ਦੇਖਿਆ ਹੋਣਾ ਵੀ 786 ਨੰਬਰ ਬਹੁਤ ਲਿਖਦੇ ਆ, ਬਹੁਤ ਜਿਹੜੇ ਲੋਕੀ ਮੁਸਲਮਾਨ ਧਰਮ ਵੀ ਨਹੀਂ ਹੈਗਾ ਉਹ ਵੀ ਲਿਖਦੇ। ਹਾਂਜੀ ਹਾਂ, ਉਹ ਕਹਿੰਦਾ ਮਤਲਬ ਜਿੱਦਾਂ ਹੁਣ ਨਕੋਦਰ ਲਾਡੀ ਸ਼ਾਹ ਦਾ ਲਾ ਲਓ ਜੀ, ਹੁਣ ਜੋ ਸੱਚ ਆ ਸਾਡੇ ਰਿਸ਼ਤੇਦਾਰ ਵੀ ਕੁਛ ਹੈਗੇ ਆ ਵੀ ਜਿਹੜੇ ਜਾਂਦੇ ਆ, ਪਰ ਕਹਿੰਦਾ ਭਾਵ ਕਹਿੰਦਾ ਮਹਾਰਾਜ ਦੀ ਬਾਣੀ ਕਹਿੰਦੀ ਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਹੇ ਆ, ਜਰ ਆਈ ਜੋ ਬਣ ਹਾਰੇ ਆ। ਮੈਨੂੰ ਐਂ ਦੱਸ ਵੀ ਸਿਗਰਟਾਂ ਪੀਣ ਵਾਲਾ ਬੰਦਾ ਕਿਸੇ ਦੇ ਬੱਚੇ ਨੂੰ ਨਸ਼ੇ ਤੋਂ ਹਟਾ ਦੂਗਾ ਜੀ? ਵੀ ਠੀਕ ਆ, ਅਸੀਂ ਜਾਣੀ ਦੀ ਇਹ ਮੁਸਲਮਾਨ ਧਰਮ ਦੇ ਜਾਣੀ ਖਿਲਾਫ ਨਹੀਂ, ਜਾਣੀ ਦੀ ਠੀਕ ਆ ਵੀ ਦੇਖੋ ਦੇਖੀ ਆ ਇਹ, ਅਤੇ ਜੇ ਕਿਤੇ ਮੁਸਲਮਾਨ ਦਾ ਜਾਣੀ ਦੀ ਦੇਖੋ ਸਤਿਕਾਰ ਆ ਪਿਆਰ ਆ ਉਹ ਮਹਾਰਾਜ ਦੀ ਬਾਣੀ ਦੇ ਵਿੱਚ ਸ਼ੇਖ ਫਰੀਦ ਜੀ ਹੈ। ਕੀ ਕਹਿੰਦੇ ਆ? ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੀ ਪੱਲੇ, ਸਭ ਕੁਛ ਪਾਏ। ਇੱਕ ਤਾਂ ਹੋ ਗਏ ਜੀ ਸ਼ੇਖ ਫਰੀਦ ਜੀ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਆ, ਅਤੇ ਹਰਿਮੰਦਰ ਸਾਹਿਬ ਦੀ ਜਿੱਥੇ ਜਾਣੇ ਦੀ ਸਰੋਵਰ, ਕਹਿੰਦਾ ਮਤਲਬ ਹਰਿਮੰਦਰ ਸਾਹਿਬ ਸਰੋਵਰ ਦੇ ਵਿੱਚ ਹੀ ਬਣਿਆ ਹੋਇਆ ਜੀ, ਉਹਦੇ ਜਿਹੜੇ ਨੀਂਹ ਰੱਖਣ ਵਾਲੇ ਆ ਉਹਨਾਂ ਦਾ ਨਾਂ ਆ ਹਜ਼ਰਤ ਸਾਈਂ ਮੀਆਂ ਮੀਰ ਜੀ, 1588 ਜੀ ਨੀਂਹ ਰੱਖੀ ਆ ਉਹਨਾਂ ਨੇ, ਐਂ ਤਾਂ ਨਹੀਂ ਵੀ ਖਵਾਜੇ ਨੂੰ ਮੱਥਾ ਟੇਕਿਆ ਜੀ, ਕਿਉਂ ਜਿਹੜੇ ਮੰਜ਼ਲ ਦੇ ਰਾਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਆ, ਉਸ ਹੀ ਮੰਜ਼ਲ ਦੇ ਰਾਹੀ ਉਹ ਹਜ਼ਰਤ ਸਾਈਂ ਮੀਆਂ ਮੀਰ ਜੀ ਨੇ। ਅਤੇ ਜਦੋਂ ਜਾਣੀ ਦੀ ਕਹਿੰਦਾ ਮਤਲਬ ਆ ਤੱਤੀ ਤਵੀ 'ਤੇ ਬੈਠੇ ਆ, ਜਿੱਦਾਂ ਹੁਣ ਆ ਜੂਨ ਦੇ ਮਹੀਨੇ ਜੇਠ ਦਾ ਮਹੀਨਾ ਚੜ੍ਹਿਆ ਵਾ, ਸ਼ਹੀਦੀ ਦਿਹਾੜਾ ਆ ਰਿਹਾ, ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪਹਿਲਾਂ ਪਾਣੀ ਦੇ ਵਿੱਚ ਦੇਗ 'ਚ ਉਬਾਲਿਆ, ਫਿਰ ਚੱਕ ਕੇ ਤੱਤੀ ਤਵੀ 'ਤੇ ਬਿਠਾਇਆ, ਤੱਤੀ ਤਵੀ 'ਤੇ ਬਿਠਾ ਕੇ ਫਿਰ ਤੱਤੀ ਰੇਤ ਸੀਸ ਦੇ ਵਿੱਚ ਪਾਈ ਗਈ ਆ, ਅਤੇ ਸੀਸ ਰੇਤ ਦੇ ਵਿੱਚ ਜਦੋਂ ਪਾਈ ਆ ਤਾਂ ਸਰੀਰ ਦੇ ਉੱਤੇ ਛਾਲੇ ਹੋ ਗਏ, ਬੁਲਬਲੇ ਹੋ ਗਏ। ਤਾਂ ਉੱਥੇ ਫਿਰ ਕਵੀ ਕੀ ਲਿਖਦਾ? ਕਹਿੰਦਾ ਉਹ ਤਾਹਾ ਮਾਰਨਾ ਵੇਖ ਕੇ ਛਾਲਿਆਂ ਨੂੰ, ਇਹ ਹੈ ਆਸ਼ਕਾਂ ਦਾ ਸ਼ਿੰਗਾਰ, ਤਾਂ ਹੀ ਪਹਿਲਾਂ ਬਣੀ ਡੋਡੀ ਫਿਰ ਫੁੱਲ ਬਣਦਾ, ਤੀਜੀ ਥਾਂ 'ਤੇ ਜਾ ਕੇ ਫਲ ਹੁੰਦਾ, ਉਹ ਗੱਲਾਂ ਨਾਲ ਨਹੀਂ ਉਹ ਰੀਝਦਾ, ਯਾਰ ਪੰਛੀ ਸਿਰ ਦਿੱਤੇ ਆ ਮਸਲਾ ਹੱਲ ਹੁੰਦਾ। ਜਿਹੜੀ ਸਾਡੀ ਜੜਾ ਦੇਖੋ ਮੁਸਲਮਾਨ ਧਰਮ ਬਾਰੇ, ਜਿੱਦਾਂ ਆਪਾਂ ਖਵਾਜੇ ਦੀ ਗੱਲ ਕਰਦੇ ਹਾਂ, ਜਾਣੀ ਸ਼ੇਖ ਫਰੀਦ ਜੀ ਨੇ ਕੋਈ ਵੀ ਜਾਣੀ ਦੀ ਇੱਕ ਉਹਨਾਂ ਦੇ ਹੈਗੇ 130 ਸਲੋਕ ਨੇ ਜੀ, ਬਾਣੀ ਵੀ ਆ ਅਤੇ ਸਲੋਕ ਵੀ ਆ, ਜਿਹੜੇ 130 ਸਲੋਕ ਆ ਕਦੇ ਵੀ ਖਵਾਜੇ ਦਾ ਜ਼ਿਕਰ ਨਹੀਂ ਕੀਤਾ, ਹਾਲੇ ਕਿ ਉਹ ਜਾਣੀ ਦੀ ਕਹਿੰਦਾ ਮਤਲਬ ਕੱਟਣ ਮੁਸਲਮਾਨ ਨੇ, ਇਹ ਜਿਹੜੀਆਂ ਹੈਗੀਆਂ ਜਾਣੀ ਦੀ ਕੱਚੀਆਂ ਗੱਲਾਂ ਨੇ ਜੀ, ਆ ਖਵਾਜਾ ਪੀਰ ਆ ਉਹ ਆ ਜਾਣੀ ਦੀ ਲੋਕ ਸਮਾਜ ਦੇ ਵਿੱਚ ਜਿਹੜਾ ਨਾ ਜੀ ਜੇ ਮਨਮੁੱਖ ਬੰਦਾ ਵਾ ਇਹ ਰੀਤੀ ਰਿਵਾਜ ਦੇ ਬਹੁਤ ਵਹਿਮ ਕਰਦਾ ਵਾ, ਜਿੱਦਾਂ ਹੁਣ ਆ ਮੇਲ ਚੇਤ ਦੇ ਮੇਲੇ ਨਾ ਕਿ ਹਾਂ ਮਿੱਟੀ ਕੱਢਣੀ, ਅਤੇ ਦਸਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਗੋੜ ਮੜੀ ਮੱਟ ਭੂਲ ਨਾ ਮਾਨ, ਜਿੱਦਾਂ ਆਪਾਂ ਫਿਰ ਕਿਸੇ ਦਿਨ ਬੋਲਾਂਗੇ ਗੁਰੂ ਨਾਨਕ ਮਹਾਰਾਜ ਜੀ ਨੇ ਲਹਿਣੇ ਨੂੰ ਗੱਦੀ ਦੇਣੀ ਸੀ ਤਾਂ ਭਾਈ ਲਹਿਣਾ ਜੀ ਨੂੰ ਸ਼ਮਸ਼ਾਨ ਘਰ ਦੇ ਵਿੱਚ ਲੈ ਗਏ, ਸ਼ਮਸ਼ਾਨ ਘਰ ਦੇ ਵਿੱਚ ਲਿਜਾ ਕੇ ਕਹਿੰਦੇ ਖਾ ਮੁਰਦਾ ਜੇ ਜਿਹੜੇ ਦੇ ਹੁਕਮ ਵੀ ਮੰਨਣਾ ਵਾ, ਜਾਣੀ ਕਹਿੰਦਾ ਮਤਲਬ ਇੱਕ ਪੇਪਰ ਹੁੰਦਾ ਆਪਣੇ ਪਿਆਰਿਆਂ 'ਤੇ, ਜਾਣੀ ਪੇਪਰ ਦੇ ਵਿੱਚ ਹਰ ਇੱਕ ਬੰਦਾ ਪਾਸ ਨਹੀਂ ਹੁੰਦਾ, ਅਤੇ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਆ ਅਤੇ ਸਾਰਿਆਂ ਦਾ 100 ਵਟਾ 100 ਨੰਬਰ ਤਾਂ ਨਹੀਂ ਆਉਂਦੇ ਹੈਗੇ, ਅਤੇ ਸਭ ਤੋਂ ਜਾਣੀ ਦੀ ਲਿਸਟ ਦੇ ਵਿੱਚ ਨਾਂ ਉਹਨਾਂ ਦਾ ਆਉਂਦਾ ਵਾ ਜਿਹਨਾਂ ਨੇ ਸਾਰਾ ਕੁਛ ਅਰਪਣ ਕਰਕੇ ਜਾਣੀ ਦੀ ਪੜ੍ਹਾਈ ਦੇ ਉੱਤੇ ਫੋਕਸ ਕੀਤਾ ਹੁੰਦਾ ਵਾ। ਬਈ ਕਹਿਣ ਦਾ ਭਾਵ ਜਿਹੜੀ ਇਹ ਗੁਰਬਾਣੀ ਆ ਇਹ ਸਾਰੇ ਧਰਮਾਂ ਦੀ ਸਾਂਝੀ ਆ, ਇਕੱਲੇ ਸਿੱਖਾਂ ਦੀ ਬਾਣੀ ਨਹੀਂ ਹੈਗੀ। ਕੀ ਕਹਿੰਦੇ ਇਹਨੂੰ? ਸਰਬ ਸਾਂਝੀ ਗੁਰਬਾਣੀ। ਜਿੱਦਾਂ ਕਹਿੰਦੇ ਬਈ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ,
ਕੋਈ ਬੋਲੇ ਗੁਸਾਈਆਂ, ਯਾਨੀ ਕਹਿਣ ਦਾ ਭਾਵ ਆ ਵੀ ਨਾਂ ਉਹਦਾ ਇੱਕੋ ਹੀ ਆ ਵੀ ਜਿਹਦਾ ਹੁਣ ਜਿਹੜਾ ਖਵਾਜੇ ਹੁਣ ਫਰਜ਼ ਕਰੋ ਵੀ ਅਸੀਂ ਘਰੇ ਗੁਰਸਿੱਖ ਹਾਂ, ਅਸੀਂ ਸਮਰਸੀਬਲ ਲਵਾਇਆ, ਸਾਨੂੰ ਕੋਈ ਆ ਕੇ ਕਹੇ ਵੀ ਖਵਾਜਿਆਂ ਦਾ ਮੱਥਾ ਟੇਕੋ, ਅਸੀਂ ਤਾਂ ਸਿੱਧਾ ਜਾਣੇ ਦੇਗ ਬਣਾ ਕੇ ਅਰਦਾਸ ਕਰਾਂਗੇ ਵੀ ਸੱਚੇ ਪਾਤਸ਼ਾਹ ਜੀ ਕਿਉਂ ਸਾਨੂੰ ਇਹ ਪਾਣੀ ਹੈ ਜਿਹੜਾ ਪਿਤਾ ਦੱਸਿਆ ਵਾ, ਕਿਉਂਕਿ ਅਖੀਰ ਜਿਹੜਾ ਸਲੋਕ ਆ ਪਵਨ ਗੁਰੂ, ਪਵਨ ਦਾ ਮਤਲਬ ਹਵਾ ਨੂੰ ਗੁਰੂ ਦੱਸਿਆ ਵਾ, ਪਾਣੀ ਨੂੰ ਪਿਓ ਦੱਸਿਆ ਵਾ, ਕਿਉਂਕਿ ਬਾਣੀ 'ਚ ਵਾਰ ਵਾਰ ਸ਼ਬਦ ਆਉਂਦਾ ਪਹਿਲਾ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋਏ, ਜੇ ਪਾਣੀ ਨਾ ਹੋਵੇ ਤਾਂ ਫਸਲ ਹੋ ਸਕਦੀ ਹੈ। ਆਹ ਦੇਖੋ ਕਿੰਨੀਆਂ ਆਪਣੇ ਮਗਰ ਵੀ ਸਮਾਨ ਲੱਗਿਆ ਸਮਰਸੀ ਵੱਲ, ਮਗਰ ਸਬਜ਼ੀਆਂ ਦੇਖੋ ਕਿੰਨੀਆਂ ਸੋਹਣੀਆਂ ਲਾਈਆਂ ਨੇ ਪ੍ਰਧਾਨ ਜੀ ਨੇ, ਬੈਨੀਪਾਲ ਜੀ ਨੇ, ਯਾਨੀ ਇਹ ਕਾਹਦੇ ਤਾਂ ਹੋਈਆਂ, ਪਾਣੀ 'ਤੇ ਹੋਈਆਂ ਜੀ। ਅਰਦਾਸ ਜ਼ਰੂਰੀ ਹੈ ਪਰ ਖਵਾਜੇ ਦਾ ਨਹੀਂ ਕਿਤੇ, ਹਾਂਜੀ ਨਾ ਖਵਾਜੇ ਦਾ ਜਾਣੀ ਜੇ ਕੋਈ ਨਾਮ ਲੈਂਦਾ ਉਹ ਲਈ ਜਾਵੇ ਜੀ, ਪਰ ਜਿਹੜੇ ਸਿੱਖੀ ਧਰਮ ਆ ਜਿਹੜੀ ਬਾਣੀ ਹੈ ਜੇ ਆਪਾਂ ਜਾਣਦੀ ਨਰੋਲ ਗੁਰੂ ਦੇ ਨਾਲ ਜੁੜਨਾ ਵਾ ਤਾਂ ਜਾਣਦੀ ਇਹ ਖਵਾਜਾ ਕੋਈ ਜ਼ਰੂਰੀ ਨਹੀਂ ਉਹਦਾ ਨਾਮ ਲੈਣਾ, ਸਿੱਧਾ ਪਰਮਾਤਮਾ ਦਾ ਸ਼ੁਕਰ ਹਾਂ ਕਿਉਂਕਿ ਪੰਜ ਤੱਤ ਨੇ, ਪੰਜ ਤੱਤਾਂ ਦਾ ਸਾਡਾ ਸਰੀਰ ਬਣਿਆ ਵਾ। ਠੀਕ ਹੈ ਜੀ, ਅਤੇ ਬਾਬਾ ਜੀ ਸਾਨੂੰ ਇਹ ਦੱਸੋ ਖਵਾਜਾ ਮਤਲਬ ਪੀਰ ਦਾ ਨਾਂ ਸੀ ਜਾਂ ਪਾਣੀ ਨੂੰ ਹੀ? ਪਾਣੀ ਨੂੰ ਹੀ ਜਾਣੀ ਦੀ ਇਹਨਾਂ ਨੇ ਖਵਾਜਾ ਪੀਰ ਮਾ, ਕੋਈ ਉਹਦਾ ਖਵਾਜਾ ਪੀਰ ਨਹੀਂ ਹੋਇਆ ਹੈਗਾ ਵੀ ਉਹਦਾ ਇਤਿਹਾਸ ਦੇ ਜਿੱਦਾਂ ਹੁਣ ਆਪਾਂ ਕਹਿੰਦੇ ਹਾਂ ਵੀ 1646 ਦਸਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਅਤੇ 1708 'ਚ ਚੱਲ ਗਏ ਜਾਣੇ, ਉੱਥੇ ਇਹ ਨਹੀਂ ਹੈਗਾ ਵੀ ਭਾਈ ਉਹ ਪੀਰ ਸੀ ਫਲਾਣੇ ਸਨ 'ਚ ਹੋਇਆ ਸੀ ਫਲਾਣੀ ਸਦੀ 'ਚ ਹੋਇਆ ਸੀ, ਕੋਈ ਇੱਦਾਂ ਦੀ ਚੱਕਰ ਵਾਲੀ ਗੱਲ ਨਹੀਂ ਹੈਗੀ। ਇਹ ਵਹਿਮ ਨਹੀਂ ਜਾਣੀ ਲੋਕਾਂ ਨੂੰ ਰੱਖਣਾ ਚਾਹੀਦਾ ਕਿਉਂਕਿ ਭਰਮ ਭੇਖ ਅਤੇ ਰਹੇ ਨਿਆਰਾ ਇਹ ਚੀਜ਼ਾਂ ਤੋਂ ਬੰਦੇ ਨੇ ਉੱਪਰ ਉੱਠਣਾ ਵਾ। ਠੀਕ ਹੈ ਜੀ, ਠੀਕ ਹੈ। ਅਤੇ ਬਾਕੀ ਜਾਣੀ ਸੰਗਤਾਂ ਨੂੰ ਬੇਨਤੀ ਹੈ ਵੀ ਕਿਸੇ ਨੂੰ ਵੀ ਕੋਈ ਸਵਾਲ ਹੋਵੇ ਜਾਣੀ ਇਸ ਵੀਡੀਓ ਦੇ ਥੱਲੇ ਕਮੈਂਟ ਜ਼ਰੂਰ ਕਰ ਦੇਣਾ ਅਤੇ ਤੁਹਾਡੇ ਜਾਣੀ ਕਮੈਂਟ ਦੇ ਹਿਸਾਬ ਨਾਲ ਅਸੀਂ ਅਗਲੀ ਵੀਡੀਓ 'ਚ ਵੀ ਜਵਾਬ ਦੇਵਾਂਗੇ। ਵੈਸੇ ਤਾਂ ਤੁਹਾਡੇ ਕਮੈਂਟ ਦੇ ਥੱਲੇ ਅਸੀਂ ਉਸ ਕਮੈਂਟ ਦਾ ਵੀ ਜਵਾਬ ਦੇਵਾਂਗੇ, ਜਾਣੀ ਕਮੈਂਟ ਜ਼ਰੂਰ ਕਰਿਓ ਅਤੇ ਵੀਡੀਓ ਨੂੰ ਦੇਖ ਕੇ ਸੁਣ ਕੇ ਸ਼ੇਅਰ ਵੱਧ ਤੋਂ ਵੱਧ ਜ਼ਰੂਰ ਕਰ ਦਿਓ ਤਾਂ ਕਿ ਲੋਕ ਜਾਣੀ ਵਹਿਮਾਂ ਭਰਮਾਂ ਤੋਂ ਉੱਪਰ ਉੱਠਣ। ਕਿਉਂ ਦਸਵੇਂ ਪਾਤਸ਼ਾਹ ਜੀ ਨੇ ਕੀ ਕਿਹਾ ਸਾਨੂੰ, ਸਗਲ ਦੁਆਰ ਕੋ ਛਾੜ ਕੇ ਗਿਹੋ ਤੁਹਾਰੋ ਦੁਆਰ, ਵਾਹਿਗੇ ਕੀ ਲਾਜ ਅਸ ਗੋਬਿੰਦ ਦਾਸ ਤਿਹਾਰ, ਭੁੱਖੇ ਨੂੰ ਰੋਟੀ ਪਿਆਸੇ ਨੂੰ ਪਾਣੀ, ਤਪਦੇ ਹੋਏ ਹਿਰਦੇ ਨੂੰ ਗੁਰੂ ਨਾਨਕ ਦੀ ਬਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।